ये तस्वीर बाबा बकाला साहब सरोवर उपर चल रही मीटिंग दियां ने, जिथे कि बाजार कमेटी के प्रधान मनजीत सिंह ते सारे ही पतवंतियां वल्लों सांझे तौर पर मीटिंग की गई ते आपो अपने जिहड़े विचार पेश कीते गए। दिल्ली तख्त दे वल वध तों वध कूच करन दे लई नवीआं रणनीतियां बणाईआं गईआं ते दिल्ली विच वध तों वध इकट्ठ करन दे लई लोकां नूं प्रेरिया भी गया। आओ देखते हैं हरिमंदर सिंह गिल की ए रिपोर्ट। उन्होंने हिस्सा लेना चाहिए। मैं ये बेनती दोबारा करूँगा कि ड्यूटियां लाइया जा हर घर की, जिन्हें भी स्नेक आवर वो कोई बंदा नाल जाऊंगा। अपने आप शाह हो मैं जाना पैना बी उनके बारी आई देनी पैनी है। ये तो हम बलिदान देने की वारी आई है। जिस तरह मैं क्या कुछ भी हो सकता होना तो है ही है। सरकार जो कम करते अपना रही है ना, वो तो घेरा पा रही है। ਬੜੀਆਂ ਬੜੀਆਂ ਸੂਬੇ ਖੜੇ ਕਰ ਦੋ, ਇੱਧਰ ਘੇਰਾ ਪਾ ਲਓ, ਇੱਧਰ ਘਾਰਾ ਪਾ ਲਓ, ਥੋੜ੍ਹੇ ਰਹਿ ਜਾਣਗੇ ਲਾਗਾ ਪਾ ਕੇ ਲਿਜਾਓਗੇ, ਸਾਰੇ ਗੰਦਾ ਖੜ ਦੋਗੇ। ਇਹੋ ਜਿਹੇ ਕੰਮ ਚੱਲਦੇ ਹੁਣ ਅਤੇ ਬੜੀ ਦਲੇਰੀ ਨਾਲ ਜੇ ਛਾਤ ਨਹੀਂ ਕੰਮ ਕਰਾਂਗੇ ਤਾਂ ਬਾਹਰ ਦੇ ਦੇਸ਼ ਵੀ ਸਾਡੇ ਮਦਦ ਕਰਦੇ ਆ, ਕਰਨਗੇ ਵੀ, ਕਿਉਂਕਿ ਜਜ਼ਬਾ ਬਹੁਤ ਜ਼ਰੂਰੀ ਆ। ਆਪਾਂ ਇਹਦਾ ਨਾਲ ਵਾਂ, ਮੈਂ ਸਾਰੇ ਸੰਗਤ ਨੂੰ ਹੱਥ ਲੱਗੇ ਬੇਨਤੀ ਕਰਦਾ ਕਿ ਤੁਸੀਂ ਸਾਥ ਦਿਓ। ਮੇਰਾ ਕਹਿਣਾ ਨਹੀਂ ਕਰਨ ਦਾ, ਜਿਹੜਾ ਕਰਕੇ ਉਠਾਈਏ ਪਰ ਜਿੱਦਣ ਤੁਸੀਂ 26 ਨਵੰਬਰ ਨੂੰ ਇੱਕ ਐਲਾਨ ਕੀਤਾ ਵੀ ਅਸੀਂ ਦਿੱਲੀ ਦੇ ਜਾ ਕੇ ਬਾਰਡਰ ਤੇ ਪਵਾਂਗੇ, ਹਰਿਆਣਾ 23 ਨੂੰ ਤੁਹਾਨੂੰ ਲੈਣ ਆਇਆ, ਅੱਗੋਂ ਲੈਣ ਆ ਗਿਆ, ਪ੍ਰਬੰਧ ਕਰਤੇ ਸਾਰੇ ਨੇ। ਉਹਨੇ ਆਖਿਆ ਮੇਰਾ ਵੱਡਾ ਭਰਾ ਵਾ, ਇਸ ਤੋਂ ਬਿਨਾਂ ਲੜਾਈ ਮੁਮਕਿਨ ਨਹੀਂ। ਅੱਗੇ ਆਇਆ ਤੁਹਾਨੂੰ ਲੈ ਕੇ ਗਿਆ, ਉਹ ਸਾਰੇ ਨਾਕੇ ਤੋੜੇ, ਇੱਕ ਹੀ ਹੁੰਦਾ 2-11 ਹੋਏ ਬੈਠੇ ਆ। ਘੋਲੂ ਨਾਕਾਮ ਕਰਨ ਦੀਆਂ ਬਹੁਤ ਜ਼ਿਆਦਾ ਚਾਲਾਂ ਚੱਲੀਆਂ ਗਈਆਂ, ਬਹੁਤ ਜ਼ਿਆਦਾ। ਕਦੇ ਖਾਲਿਸਤਾਨ ਦਾ ਨਾਂ ਦਿੱਤਾ ਗਿਆ, ਕਦੇ ਪਾਕਿਸਤਾਨੀ ਦਾ ਨਾਂ ਦਿੱਤਾ ਗਿਆ, ਕਦੇ ਨਕਸਲੀ ਦਾ ਨਾਂ ਦਿੱਤਾ ਗਿਆ, ਹੋਰ ਚਾਲਾ ਚੱਲੀਆਂ। ਪਰ ਗੁਰੂ ਨਾਨਕ ਦੀ ਫੌਜ ਕਦੀ ਮਰਦੀ ਨਹੀਂ, ਹਰ ਚਾਲਾ ਉੱਥੇ ਗੁਰੂ ਨਾਨਕ ਦਾ ਪਹਿਰਾ, ਸਿੰਘਾਂ ਸ਼ਹੀਦਾਂ ਦਾ ਪਹਿਰਾ, ਉਹ ਹਰ ਚਾਲ ਫੇਲ ਹੋ ਗਈ। ਸਰਕਾਰ ਨੇ ਇੰਨੀਆਂ ਕੁ ਚਾਲਾਂ ਚੱਲੀਆਂ ਜਿਹੜੀਆਂ ਦੱਸ ਨਹੀਂ ਸਕਦੇ। ਹਰ ਦਿਨ ਚੜ੍ਹਦਾ ਸੀ, ਹਰ ਦਿਨ ਨਵੀਂ ਚਾਲ ਸੀ, ਅਤੇ ਡੁੱਬਦੇ ਸੂਰਜ ਨਾਲ ਚਾਲ ਉਹਨਾਂ ਦੀ ਖਤਮ ਹੋ ਜਾਂਦੀ ਸੀ। ਇੰਨਾ ਕੁਛ ਵਾਪਰਿਆ ਉੱਥੇ ਗੋਦੀ ਮੀਡੀਆ ਨੇ ਪੱਪਾ ਪਾਰ ਜ਼ੋਰ ਲਾ ਲਿਆ, ਪਰ ਗੋਦੀ ਮੀਡੀਆ ਨੂੰ ਇਹ ਨਹੀਂ ਪਤਾ ਮੇਰੇ ਪੱਪਾ ਪਾਰ ਜ਼ੋਰ ਜ਼ੋਰ ਲਾਉਣ ਦੇ ਨਾਲ ਇਹਨਾਂ ਦੇ ਹੱਥ ਦੇ ਵਿੱਚ 400 ਇੰਟਰਨੈਸ਼ਨਲ ਮੀਡੀਆ ਆ ਕੇ ਖੜ ਗਿਆ। ਜਿਹੜਾ BBC ਕਦੇ ਅਮਰੀਕਾ ਤੋਂ ਬਾਹਰ ਨਹੀਂ ਸੀ ਨਿਕਲਿਆ, BBC ਹਰ ਪਿੰਡ ਦੇ ਵਿੱਚ ਆਣ ਕੇ ਤੁਹਾਡੀ ਕਵਰੇਜ ਕਰ ਲਿਆ, ਹਰ ਤਹਿਸੀਲ ਦੇ ਵਿੱਚ BBC ਆ ਗਿਆ। ਜੋ ਤੁਹਾਡੀ ਲੜਾਈ ਸੱਚੀ ਹੋ ਸੀ, ਤੁਹਾਡੀ ਲੜਾਈ ਸੱਚੀ ਹੋ ਸੀ, ਸੁੱਚੀ ਸੀ। ਤੁਸੀਂ ਮਾਨਵਤਾ ਦੀ ਖਾਤਰ ਲੜ ਰਹੇ, ਤੁਸੀਂ ਆਪਣੇ ਵਾਸਤੇ ਨਹੀਂ ਲੜ ਰਹੇ। ਤੁਹਾਨੂੰ ਕਹਿ ਤੁਹਾਨੂੰ ਕੋਈ ਹਰਾਉਣ ਵਾਲਾ ਨਹੀਂ, ਮੈਂ ਦਾਅਵੇ ਨਾਲ ਕਹਿੰਦਾ ਜਾਂ ਤੁਹਾਡੀਆਂ ਜ਼ਮੀਨਾਂ ਕੋਈ ਅੱਤ ਕੱਟ ਕੇ ਨਹੀਂ ਵੇਚ ਸਕਦਾ, ਇਹਦੀ ਲੜਾਈ ਤੁਹਾਡੀ ਦੇਣ ਜਾ। 30 ਲੱਖ ਮੇਰੇ ਹਿਸਾਬ ਨਾਲ ਰੇਟ ਕਿਲੋ, ਅਤੇ ਤੁਸੀਂ 8 ਮਹੀਨਿਆਂ 'ਚ ਪੈਲੀ ਛਡਾ ਲਈ ਸੀ ਉਹ ਪੈਲੀ, ਜਿਹੜੇ 2 ਸਪੈਸ਼ਲ ਇਕਨੋਮਿਕ ਜ਼ੋਨ ਬਣਦੇ ਸੀ, ਇੱਕ ਪੰਜਾਬ ਦੇ ਵਿੱਚ ਬਣਨਾ ਸੀ, ਇੱਕ ਬਣਨਾ ਸੀ ਪੱਛਮੀ ਬੰਗਾਲ ਦੇ ਵਿੱਚ। ਉੱਥੇ 12 ਸਾਲ ਘੋਲ ਚੱਲਿਆ, ਪਿਛਲੇ 2018 ਦੇ ਵਿੱਚ ਉਹ ਲੜਾਈ ਖਤਮ ਹੋਈ ਤੇ 200 ਦਾ। ਇਸ ਕਰਕੇ ਬਹੁਤ ਵੱਡਾ ਤੁਹਾਡਾ ਇਤਿਹਾਸ ਹੈ, ਕਿਤੇ ਭੁੱਲਣਾ ਚਾਹੀਦਾ, ਕਿਤੇ ਇਤਿਹਾਸ ਇਹ ਗਾਂ ਬੱਚਿਆਂ ਨੂੰ ਦੱਸ ਕੇ ਜਾਏ, ਕਿਤੇ ਇਹੋ ਜਿਹਾ ਸੱਚਾ ਸੁੱਚਾ ਇਤਿਹਾਸ ਆ। ਇਹ ਭੁੱਲ ਲੜਨਾ ਸੀ ਸਾਡੇ ਨੌਜਵਾਨ ਇਸ ਨਾਲ ਆਇਆ ਹੁੰਦਾ ਤੇ ਅੱਜ ਹਿੰਦੁਸਤਾਨ ਦਾ ਇਤਿਹਾਸ ਹੀ ਕੋਈ ਹੋਰ ਨਾ ਪਿਆ ਸੀ। ਅਸੀਂ ਨਹੀਂ ਜਮੜ ਸਕਦੇ, ਕੰਪੈਰ ਉਹਨਾਂ ਦੇ ਆਉਣੇ ਆ, ਬੰਦੇ ਉਹਨਾਂ ਦੇ ਆਉਣੇ ਆ, ਉਹਨਾਂ ਆਪਣੇ ਰੇਟ ਨਾਲ ਬਦਲ ਚੁੱਕ ਕੇ ਲੈ ਜਾਣੀ ਆ। ਜਿਹੜਾ ਆਟਾ ਲੈਣਾ ਵਾ ਉਹ ਮੇਰਾ ਅਸੀਂ ਨਹੀਂ ਲੈਣਾ, ਉੱਥੋਂ ਰਸ ਕੇ ਲੈ ਕੇ ਜਾਣਾ ਵਾ, ਉੱਥੋਂ ਸ਼ਾਹੂਕਾਰ ਲੈਣਾ, ਉੱਥੋਂ MLA ਲੈਣਾ ਵਾ। ਜੇ MLA ਨਾ ਉਹ ਕਹੇ ਕਿ ਮੈਂ MLA ਲੈਣਾ ਵਾ, ਇਹ ਸਾਰਾ ਇੱਕੇ ਚੁੱਪੀ ਦੇ ਵਿੱਚ ਪੀਸ ਜਾਣਾ ਨੇ। ਇਹ ਉਹ ਗੱਲ ਬਣ ਗਈ ਆ, ਇੱਕ ਇਹਨੂੰ ਹੁਣ ਮੋਦੀ ਨੂੰ ਪਤਾ ਲੱਗਾਂਗੇ ਸਭ ਤੋਂ ਕਰਕੇ ਵੀ ਸਿੱਖ ਬੜੀ ਬਹਾਦਰ ਕੌਮ ਆ, ਇਹ ਮੁੜ ਤੋਂ ਜਿਹੜੀ ਆਉਂਦੀ ਆ